ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਅਸੀਂ ਪੰਜਾਬੀ ਵਿਰਸਾ ਕੁਆਟਰ ਵੱਲੋਂ ਤੁਹਾਡੇ ਵਾਸਤੇ ਪ੍ਰਿੰਟ ਸੂਟ ਦੀ ਕਲੈਕਸ਼ਨ ਲੈ ਕੇ ਆਏ ਹਾਂ ਪਹਿਲਾਂ ਤੁਸੀਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ 9922460073 ਐਂਡ ਜਿਹੜਾ ਆਪਣਾ ਕਾਲਿੰਗ ਨੰਬਰ ਹੈਗਾ ਉਹ ਹੈ 9992055204 ਕਿਸੇ ਨੂੰ ਵੀ ਕੋਈ ਵੀ ਕੁਐਸਚਨ ਹੋਏ ਜਾਂ ਕਿਸੇ ਨੇ ਪ੍ਰਾਈਸ ਪੁੱਛਣਾ ਹੋਏ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਐਂਡ ਮੇਰੀ ਇੰਸਟਾਗ੍ਰਾਮ ID ਵੀ ਮੈਨਸ਼ਨ ਹੈ ਉੱਥੇ ਵੀ ਮੇਰੀ ਡੇਲੀ ਅਪਡੇਸ਼ਨਸ ਹੁੰਦੀਆਂ ਸੂਟਸ ਦੀਆਂ ਤੁਸੀਂ ਉੱਥੇ ਜਾ ਕੇ ਵੀ ਅਪਡੇਸ਼ਨਸ ਚੈੱਕ ਕਰ ਸਕਦੇ ਹੋ ਦੇਖੋ ਜੋ ਆਪਣਾ ਫਸਟ ਸੂਟ ਆ ਉਹ ਹੈ ਯੈਲੋ ਬ੍ਰਾਈਟ ਯੈਲੋ ਕਲਰ ਦਾ ਸੂਟ ਆ ਐਂਡ ਯੈਲੋ ਔਰ ਆਫ ਵਾਈਟ ਵਿੱਚ ਇਹਦੇ ਪ੍ਰਿੰਟ ਆ ਇਹਦੇ ਨਾਲ ਲਾਈਨਸ ਵਾਲੀ ਬੋਟਮ ਐਕਚੁਅਲੀ ਪ੍ਰਿੰਟ ਵੀ ਨਹੀਂ ਆਪਾਂ ਨੂੰ ਕਹਿ ਸਕਦੇ ਇਹ ਪੇਂਟ ਟਾਈਪ ਹੈ ਔਰ ਸਟੱਫ ਵੀ ਬਹੁਤ ਜ਼ਿਆਦਾ ਸੋਹਣਾ ਇਹਦੀ ਬੋਟਮ ਹੈ ਲਾਈਨਸ ਵਾਲੀ ਐਂਡ ਇਹ ਸ਼ਰਟ ਹੈ ਈਵਨ ਆਪਾਂ ਇਹਨੂੰ ਵੀ ਬੋਟਮ ਇਹਨੂੰ ਵੀ ਲਾਈਨਸ ਵਾਲੇ ਇਹਨੂੰ ਵੀ ਸੋਰੀ ਸ਼ਰਟ ਕੱਢ ਸਕਦੇ ਹਾਂ ਅਤੇ ਇਹਨੂੰ ਆਪਾਂ ਬੋਟਮ ਕੱਢ ਸਕਦੇ ਹਾਂ ਇਹਦੇ ਨਾਲ ਆਪਾਂ ਦੁਪੱਟਾ ਟਾਈ ਐਂਡ ਡਾਈ ਵੀ ਕਰਵਾ ਸਕਦੇ ਹਾਂ ਯੈਲੋ ਐਂਡ ਵਾਈਟ ਕਲਰ 'ਚ ਅਦਰਵਾਈਜ਼ ਯੈਲੋ ਕਰਵਾ ਕੇ ਆਪਾਂ 4 ਸਾਈਡ ਵਾਈਟ ਨੈੱਟ ਦੀ ਲੇਸ ਯੂਜ਼ ਕਰ ਸਕਦੇ ਹਾਂ ਇਹਦੇ 'ਤੇ ਐਂਡ ਤੁਸੀਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਮੈਂ ਤੁਹਾਡੇ ਨਾਲ ਪਿਕਚਰਸ ਵੀ ਸ਼ੇਅਰ ਕਰੂੰਗੀ ਕਿ ਕਿੱਦਾਂ ਕਿੱਦਾਂ ਆਪਾਂ ਸੂਟਸ ਨੂੰ ਡਿਜ਼ਾਇਨ ਕਰ ਸਕਦੇ ਹਾਂ ਕਿੱਦਾਂ ਆਪਾਂ ਇਹਨਾਂ ਵਿੱਚ ਲੇਸਿਸ ਵਗੈਰਾ ਦੇਖ ਕੇ ਜਾਂ ਵਰਕ ਕਰਵਾ ਕੇ ਆਪਾਂ ਇਹਨਾਂ ਨੂੰ ਡਿਜ਼ਾਇਨ ਕਰ ਸਕਦੇ ਹਾਂ ਜਿਵੇਂ ਇਹ ਸੂਟ ਆ ਇਹ ਸੂਟ 'ਤੇ ਆਪਾਂ ਇਹ ਵਾਲੀ ਲੇਸ ਵੀ ਯੂਜ਼ ਕਰ ਸਕਦੇ ਹਾਂ ਇਹ ਵੀ ਬਹੁਤ ਦੇਖੋ ਲੇਸ ਕਿੰਨੀ ਸੋਹਣੀ ਆ ਪ੍ਰੋਪਰ ਸੋਫਟ ਲੇਸ ਹੈ ਇਹਨੂੰ ਆਪਾਂ ਘੇਰੇ 'ਤੇ ਵੀ ਦੇ ਸਕਦੇ ਹਾਂ ਜਾਂ ਸੈਂਟਰ 'ਚ ਵੀ ਘੇਰੇ 'ਤੇ ਦੇ ਸਕਦੇ ਹਾਂ ਸਟੱਫ ਕੱਟ ਕਰਕੇ ਇੱਦਾਂ ਇਹੀ ਲੇਸ ਸੇਮ ਬੋਟਮ 'ਤੇ ਬਾਜੂ 'ਤੇ ਵੀ ਆ ਸਕਦੀ ਹੈ ਆਪਣੀ ਸਲੀਵਸ ਨੈਕ 'ਤੇ ਇਹਨੂੰ ਇੱਦਾਂ ਡਿਜ਼ਾਇਨ ਕਰ ਸਕਦੇ ਹਾਂ ਅਦਰਵਾਈਜ਼ ਆਪਾਂ ਇਹਦੇ ਸੈਂਟਰ 'ਚ ਔਰਗੇਂਜ਼ਾ ਦੇਖ ਕੇ ਇਹਨੂੰ ਆਪਾਂ ਛੋਟੀ ਛੋਟੀ ਬੂਟੀ ਜਾਂ ਵਰਕ ਵੀ ਕਰਵਾ ਸਕਦੇ ਜਿੱਦਾਂ ਵਾਈਟ ਕਲਰ ਦਾ ਔਰਗੇਂਜ਼ਾ ਦੇਖ ਕੇ ਉਹਦੇ 'ਤੇ ਆਪਾਂ ਲੈਮਨ ਕਲਰ ਦਾ ਵਰਕ ਕਰਵਾ ਸਕਦੇ ਸੇਮ ਹੀ ਆਪਾਂ ਚੀਜ਼ ਬੋਟਮ 'ਤੇ ਵੀ ਕਰ ਸਕਦੇ ਹਾਂ ਅਗਰ ਕੋਈ ਬੋਟਮ 'ਤੇ ਵਰਕ ਨਹੀਂ ਲਾਈਕ ਕਰਦਾ ਤਾਂ ਆਪਾਂ ਸ਼ਰਟ 'ਤੇ ਵੀ ਵਰਕ ਕਰਵਾ ਸਕਦੇ ਹਾਂ ਔਰ ਦੁਪੱਟੇ ਨੂੰ ਆਪਾਂ ਇਹਨੂੰ ਟਾਈ ਐਂਡ ਡਾਈ ਜਾਂ ਅਗਰ ਦੁਪੱਟੇ 'ਤੇ ਵੀ ਬੂਟੀਆਂ ਪਵਾਉਣੇ ਚਾਹੁੰਦੇ ਹੋ ਬੂਟੀਆਂ ਵੀ ਪੈ ਜਾਣਗੀਆਂ ਦੁਪੱਟੇ 'ਤੇ ਵੈਸੇ ਦੁਪੱਟਾ ਸਿੰਪਲ ਵੀ ਕੋਟਨ ਸੂਟਸ ਨਾਲ ਬਹੁਤ ਸੋਹਣਾ ਲੱਗਦਾ ਜਿਹੜਾ ਆਪਣਾ ਨੈਕਸਟ ਸੂਟ ਆ ਉਹ ਹੈ ਸਕਿਨ ਬੇਸ ਉੱਤੇ ਸਕਿਨ ਇਹਦਾ ਬੇਸ ਆ ਐਂਡ ਇਸ 'ਚ ਮਲਟੀ ਕਲਰਸ ਦੇ ਫਲਾਵਰਸ ਆ ਜਿੱਦਾਂ ਰੈੱਡ ਹੈ ਪਿੰਕ ਆ ਔਰੇਂਜ ਇਹ ਕਲਰਸ ਦੇ ਫਲਾਵਰਸ ਹੈ ਸਕਿਨ ਬੇਸ ਹੈ ਇਹ ਸੂਟ ਦਾ ਸਟੱਫ ਵੀ ਬਹੁਤ ਫਾਈਨ ਹੈ ਦੇਖੋ ਵਿੱਚ ਵੀ ਇਹਦੇ ਨਾ ਸਟੱਫ ਦੇ ਵਿੱਚ ਵੀ ਡਿਜ਼ਾਇਨਿੰਗ ਹੋਈ ਹੋਈ ਹੈ ਲਾਈਨਸ ਜਿਹੀ ਬਣੀਆਂ ਹੋਈ ਹੈ ਸਟੱਫ ਦੇ ਵਿੱਚ ਡਿਜ਼ਾਇਨ ਹੋਈ ਇਹ ਵੀ ਆਪਾਂ ਲੇਸਿਸ ਨਾਲ ਵੀ ਆਪਾਂ ਇਹਨੂੰ ਡਿਜ਼ਾਇਨ ਕਰ ਸਕਦੇ ਜਿੱਦਾਂ ਪਾਈਪਿੰਗ ਸਟਾਈਲ 'ਚ ਲੇਸਿਸ ਦੇ ਸਕਦੇ ਹਾਂ ਪ੍ਰਿੰਟ ਸਕਰਟ ਵਿੱਚ ਏ ਲਾਈਨ ਬਣਾ ਸਕਦੇ ਹਾਂ ਔਰ ਸੈਕਿੰਡ ਆਪਸ਼ਨ ਆਪਣੇ ਕੋਲ ਇਹ ਵੀ ਹੈ ਕਿ ਆਪਾਂ ਜਿੱਦਾਂ ਸੇਮ ਕਿਸੇ ਵੀ ਕਲਰ ਦਾ ਇੱਕ ਸਟੱਫ ਚੂਜ਼ ਕਰ ਲਓ ਇਹਨਾਂ ਵਿੱਚੋਂ ਉਹਦੇ ਉੱਤੇ ਆਪਾਂ ਇਹ ਵਾਲੇ ਫਲਾਵਰਸ ਮਸ਼ੀਨੀ ਵਰਕ ਕਰਵਾ ਸਕਦੇ ਜਾਂ ਆਰੀ ਵਰਕ ਕਰਵਾ ਸਕਦੇ ਉਹਦੇ ਨਾਲ ਵੀ ਇਹਦੀ ਲੁੱਕ ਬਹੁਤ ਸੋਹਣੀ ਆਉਂਦੀ ਆ ਇਹਦੇ ਨਾਲ ਦੁਪੱਟਾ ਵੈਸੇ ਤਾਂ ਟਾਈ ਐਂਡ ਡਾਈ ਵੀ ਚੱਲ ਸਕਦਾ ਬਟ ਜ਼ਿਆਦਾ ਗ੍ਰੇਸ ਇਹਦੇ ਨਾਲ ਜੋ ਬੇਸ ਕਲਰ ਹੈ ਉਹਦੀ ਦੁਪੱਟੇ ਦੀ ਆਏਗੀ ਵਿੱਚ ਆਪਾਂ ਈਵਨ ਕਿ ਇਹਦੇ ਨਾਲ ਆਪਾਂ ਚਿਕਨ ਦੀ ਬੋਟਮ ਵੀ ਲਾ ਸਕਦੇ ਅਗਰ ਬੋਟਮ ਚਿਕਨ ਦੀ ਯੂਜ਼ ਕਰਨਾ ਚਾਹੁੰਦੇ ਹੋ ਉਹ ਚਿਕਨ ਦੀ ਸਕਿਨ ਕਲਰ ਦੀ ਬੋਟਮ ਵੀ ਯੂਜ਼ ਹੋ ਸਕਦੀ ਹੈ ਬਟ ਆਲ ਓਵਰ ਸੂਟ ਦੀ ਜ਼ਿਆਦਾ ਗ੍ਰੇਸ ਹੁੰਦੀ ਆ ਦੁਪੱਟਾ ਆਪਾਂ ਇਹਦੇ ਦੁਪੱਟੇ 'ਤੇ ਵੀ ਅਗਰ ਆਪਾਂ ਸ਼ਰਟ 'ਤੇ ਵਰਕ ਕਰਵਾ ਰਹੇ ਹਾਂ ਦੁਪੱਟੇ 'ਤੇ ਵੀ ਵਰਕ ਕਰਵਾ ਸਕਦੇ ਹਾਂ ਦੁਪੱਟੇ ਦੇ 4 ਸਾਈਡ ਲੇਸ ਕਰਕੇ ਅਦਰਵਾਈਜ਼ ਦੁਪੱਟੇ ਨੂੰ ਜਸਟ ਲੇਸਿਸ ਨਾਲ ਵੀ ਡਿਜ਼ਾਇਨ ਕਰ ਸਕਦੇ ਹਾਂ ਜਿੱਦਾਂ 4 ਸਾਈਡ ਲੇਸ ਕਰਕੇ ਸੈਂਟਰ 'ਚ ਵੀ ਉਹਦੇ ਜਿੱਦਾਂ ਇਹਦਾ ਸਟਰੇਟ ਲਾਈਨਸ ਲੇਸਿਸ ਜਿਹਾ ਦੇਖ ਕੇ ਇਸ ਟਾਈਪ ਨਾਲ ਇਹਨੂੰ ਡਿਜ਼ਾਇਨ ਕਰਵਾ ਸਕਦੇ ਹਾਂ ਆਪਾਂ ਆਪਣਾ ਨੈਕਸਟ ਸੂਟ ਹੈਗਾ ਬਲੈਕ ਸ਼ੇਡ 'ਚ ਬਲੈਕ ਤਾਂ ਆਲਮੋਸਟ ਸਭ ਦਾ ਫੇਵਰੇਟ ਕਲਰ ਹੁੰਦਾ ਐਂਡ ਇਹ ਹਰੇਕ ਸੀਜ਼ਨ 'ਚ ਵੇਅਰ ਹੋ ਜਾਂਦਾ ਇਹਦਾ ਬੋਲਡ ਸ਼ੇਡ ਨਹੀਂ ਲੱਗਦਾ ਹੈਗਾ ਐਂਡ ਹਰੇਕ ਕਲਰ 'ਤੇ ਸੂਟੇਬਲ ਹੈ ਇਹ ਹਰੇਕ ਕਲਰ ਕੰਪਲੈਕਸ਼ਨ 'ਤੇ ਬਲੈਕ ਕਲਰ ਬਹੁਤ ਸੋਹਣਾ ਲੱਗਦਾ ਇਹ ਬਲੈਕ ਕਲਰ 'ਚ ਆਪਾਂ ਪ੍ਰਿੰਟ ਨਹੀਂ ਲਿੱਤਾ ਬਟ ਇਹ ਛੋਟੇ 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 ਬਰਫੀ ਸਟਾਈਲ 'ਚ ਨਾ ਇਹਦੀ ਬੂਟੀਆਂ ਬਣੀਆਂ ਹੋਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹ ਕਿਉਂਕਿ ਪ੍ਰਿੰਟ ਵਗੈਰਾ ਤੋਂ ਹਟ ਕੇ ਆ ਕੁਛ ਇਹਦਾ ਪੈਟਰਨ ਇਹ ਦੇਖੋ ਇਹਨੂੰ ਵੀ ਸੇਮ ਆਪਾਂ ਕਿਸੇ ਵੀ ਮਤਲਬ ਲੇਸਿਸ ਨਾਲ ਅਗਰ ਡਿਜ਼ਾਇਨ ਕਰਨਾ ਉਹ ਲੇਸਿਸ ਅਗਰ ਆਪਾਂ ਇਹਦੇ 'ਚ ਬਲੈਕ ਟੱਚ ਨਾ ਦਈਏ ਤਾਂ ਆਪਾਂ ਪੀਚ ਕਲਰ ਦੀ ਲੇਸਿਸ ਐਡ ਕਰਾ ਸਕਦੇ ਹਾਂ ਅਗਰ ਪੀਚ ਨਹੀਂ ਕਰਾਉਣੀ ਹੈਗੀ ਤਾਂ ਆਪਾਂ ਸੇਮ ਬਲੈਕ ਦਾ ਵੀ ਦੇ ਸਕਦੇ ਇਹ ਵੀ ਆਪਣਾ ਸੂਟ ਇੱਕ ਪਾਕਿਸਤਾਨੀ ਸੂਟ ਵੀ ਰੈਡੀ ਹੋ ਸਕਦਾ ਇਹਦੇ ਬਾਰਡਰ 'ਤੇ ਹੈਵੀ ਲੇਸਿਸ ਕਰਕੇ
ਦੁਪੱਟੇ ਤੇ ਜਿੱਦਾਂ ਮੈਂ ਤੁਹਾਨੂੰ ਲਾਸਟ ਲਾਸਟ ਵੀਡੀਓ 'ਚ ਮਸਲੀਨ ਦੇ ਸੂਟਸ ਦਿਖਾਏ ਸੀਗੇ ਕਿੱਦਾਂ ਉਹਨਾਂ ਨੂੰ ਆਪਾਂ ਨੇ ਲੇਸਿਸ ਲਗਾ ਕੇ ਪੈਚ ਲਗਾ ਕੇ ਪਾਕਿਸਤਾਨੀ ਲੁੱਕ ਦਿੱਤੀ ਆ, ਉੱਦਾਂ ਇਹ ਵਾਲੇ ਪ੍ਰਿੰਟ ਸੂਟ ਵੀ ਆਪਾਂ ਲੇਸਿਸ ਲਾ ਕੇ ਮੋਡੀਫਾਈ ਕਰਾ ਸਕਦੇ ਇਹਨਾਂ ਨੂੰ ਜਿੱਦਾਂ ਮਰਜ਼ੀ। ਜਿਹੜਾ ਆਪਣਾ ਨੈਕਸਟ ਸੂਟ ਆ ਇਹਦੇ 'ਚ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੁਛ ਕਰਵਾਉਣ ਦੀ ਵੀ ਨੀਡ ਹੋਊਗੀ ਕਿਉਂਕਿ ਆਲਰੇਡੀ ਇਹ ਜੈਪੁਰੀ ਪ੍ਰਿੰਟ 'ਚ ਬਣਿਆ ਹੋਇਆ ਸਾਰਾ, ਔਰ ਇਹਦੇ ਉੱਤੇ ਬਲੋਕ ਪੇਂਟ ਹੋਇਆ ਹੋਇਆ। ਦੇਖੋ ਇਹ ਗੋਲਡਨ ਗੋਲਡਨ ਸਾਰਾ ਬਲੋਕ ਪੇਂਟ ਹੋਇਆ ਹੋਇਆ। ਇੱਕ ਸਟੱਫ ਬਹੁਤ ਜ਼ਿਆਦਾ ਸੋਫਟ ਆ, ਜਿੱਦਾਂ ਰਿਓਨ ਕੋਟਨ ਟਾਈਪ 'ਚ ਆ ਜਾਂਦਾ ਹੈਗਾ, ਬਹੁਤ ਸੋਫਟ ਸਟੱਫ ਆ ਇਹਦਾ। ਈਵਨ ਕਿ ਕਲਰ ਕੋਂਬੀਨੇਸ਼ਨ ਵੀ ਬਹੁਤ ਸੋਹਣਾ, ਬਲੈਕ ਔਰ ਮਹਿਰੂਨ ਦਾ ਵਿੱਚ ਗੋਲਡਨ ਕਲਰ ਦੀ ਸਾਰੀ ਪ੍ਰਿੰਟਿੰਗ ਹੋਈ ਹੋਈ ਆ। ਇਹ ਦੇਖੋ ਇਹ ਆਪਣਾ ਇਹਦਾ ਪਨਾ ਵੱਡੇ ਪਨੇ 'ਚ ਹੈ, ਤਾਂ ਕਰਕੇ ਜਿਹੜੇ ਵੱਡੇ ਪਨੇ 'ਚ ਸੂਟ ਹੁੰਦੇ ਉਹ ਜਸਟ 3.5 ਮੀਟਰ ਇਨਫ ਹੁੰਦਾ ਉਹਨਾਂ ਦਾ ਸਟੱਫ। ਇਹ ਦੇਖੋ ਇਹਨੂੰ ਜਸਟ ਆਪਾਂ ਪਾਈਪਿੰਗ ਦੇ ਕੇ, ਪੋਟਲੀ ਬਟਨ ਪਾਈਪਿੰਗ ਦੇ ਕੇ, ਬੈਲ ਸ਼ੇਪ ਬਾਜੂ ਕਰਕੇ, ਔਰ ਇਹ ਬੋਰਡਰ ਹੀ ਆਪਣਾ ਸੇਮ ਸਲਵਾਰ 'ਤੇ ਵੀ ਆਊਗਾ, ਸਲਵਾਰ 'ਤੇ ਵੀ ਆ ਸਕਦਾ। ਅਗਰ ਸਲਵਾਰ 'ਤੇ ਇੰਨਾ ਬੋਰਡਰ ਨਹੀਂ ਲਾਈਕ ਕਰਦੇ ਉਹਨੂੰ ਹਾਫ ਕਰਕੇ ਆਪਾਂ ਸਲਵਾਰ 'ਤੇ ਲਾ ਸਕਦੇ ਹਾਂ, ਔਰ ਇਹ ਵਾਲਾ ਬੋਰਡਰ ਅਗਰ ਬਾਜੂ 'ਤੇ ਇੰਨਾ ਸਲੀਵਸ 'ਤੇ ਇੰਨਾ ਲਾਈਕ ਨਹੀਂ ਕਰਦੇ ਇਹ ਵੀ ਆਪਣਾ ਛੋਟਾ ਹੋ ਜਾਊਗਾ, ਸਲੀਵਸ 'ਤੇ ਲਾ ਸਕਦੇ ਹਾਂ ਆਪਾਂ ਇਹ ਬੋਰਡਰ। ਔਰ ਇਹਦੇ ਨਾਲ ਦੁਪੱਟਾ ਵੀ ਤੁਸੀਂ ਜਿੱਦਾਂ ਸੈਂਟਰ ਸਾਰਾ ਬਲੈਕ ਰੱਖ ਕੇ ਜਸਟ ਉਹਦੇ ਨੀਚੇ ਵਾਲੇ ਪੱਲੇ ਆ ਉਹਨੂੰ ਮਹਿਰੂਨ ਕਰਾ ਕੇ ਡਾਈ ਕਰਵਾ ਸਕਦੇ ਹੋ, ਇਹ ਲੁੱਕ ਬਹੁਤ ਸੋਹਣੀ ਦੂਗਾ। ਔਰ ਲੇਸਿਸ ਵੀ ਇਹਦੇ 'ਚ ਆਪਾਂ ਮਸਟਰਡ ਕਲਰ ਅਗਰ ਯੂਜ਼ ਕਰਨਾ ਹੋਵੇ ਮਸਟਰਡ ਕਲਰ ਦੀ ਵੀ ਲਾ ਸਕਦੇ ਹੋ ਦੁਪੱਟੇ 'ਤੇ, ਥੋੜ੍ਹਾ ਬੋਲਡ ਲੁੱਕ ਆ ਜੂਗੀ। ਅਦਰਵਾਈਜ਼ ਤੁਸੀਂ ਸੇਮ ਬਲੈਕ ਕਲਰ ਦੀ ਵੀ ਲੇਸ ਯੂਜ਼ ਕਰ ਸਕਦੇ ਹੋ, ਬਲੈਕ ਹੋਏ ਚਾਹੇ ਗੋਲਡਨ ਲੈਸ ਵੀ ਚੱਲ ਜਾਣੀ ਹੈ, ਇਸ 'ਤੇ ਸਕਿਨ ਕਲਰ ਦੀ ਸਕਿਨ ਲੇਸ ਵੀ ਯੂਜ਼ ਹੋ ਜੂਗੀ। ਬਹੁਤ ਬਹੁਤ ਸੋਹਣਾ ਸੂਟ ਹੈ ਇਹ। ਇਹ ਦੇਖੋ ਜੈਪੁਰੀ ਸੂਟ ਬਣਿਆ ਹੋਇਆ, ਜੈਪੁਰੀ ਸੂਟਸ ਤਾਂ ਵੈਸੇ ਵੀ ਅੱਜ ਕੱਲ੍ਹ ਬਹੁਤ ਸੋਹਣੇ ਲੱਗਦੇ ਹਨ, ਬਹੁਤ ਡਿਮਾਂਡ 'ਚ ਵੀ ਨੇ ਜੈਪੁਰੀ ਸੂਟਸ ਤਾਂ। ਇਹ ਦੇਖੋ ਬਹੁਤ ਪਿਆਰਾ ਸੂਟ ਹੈ। ਜਿਹੜਾ ਆਪਣਾ ਨੈਕਸਟ ਸੂਟ ਹੈਗਾ ਉਹ ਹੈਗਾ ਯੈਲੋ ਐਂਡ ਗ੍ਰੇ ਕੋਂਬੀਨੇਸ਼ਨ 'ਚ, ਅਗੇਨ ਯੈਲੋ ਐਂਡ ਗ੍ਰੇ ਕੋਂਬੀਨੇਸ਼ਨ ਬਹੁਤ ਜ਼ਿਆਦਾ ਡਿਮਾਂਡ 'ਚ ਹੈ। ਇਹ ਸਟੱਫ ਬਿਲਕੁਲ ਹੀ ਪਤਲਾ, ਦੇਖੋ ਮਲਮਲ ਕੋਟਨ ਕਹਿੰਦੇ ਆ ਨਾ ਪਿਓਰ ਮਲਮਲ ਕੋਟਨ ਉਹ ਆਏ, ਇਹਦੇ 'ਚ ਆਪਾਂ ਲੇਸਿਸ ਡਾਈ ਕਰਾ ਕੇ ਗ੍ਰੇ ਕਲਰ ਦਾ ਵੀ ਟੱਚ ਦੇ ਸਕਦੇ ਹਾਂ, ਅਦਰਵਾਈਜ਼ ਵਾਈਟ ਲੇਸਿਸ ਵੀ ਚੱਲ ਜਾਂਦੀ ਹੈ ਆਪਣੀਆਂ। ਈਵਨ ਕਿ ਸਿੰਪਲ ਸੂਟ ਵੀ ਸਟਿਚ ਕਰਾ ਸਕਦੇ ਹਾਂ ਪੋਟਲੀ ਬਟਨ ਔਰ ਪਾਈਪਿੰਗ ਨਾਲ, ਅਗਰ ਕੁਛ ਵੀ ਨਹੀਂ ਕਰਵਾਉਣਾ ਚਾਹੁੰਦੇ ਹੈਗੇ। ਮੈਂ ਨਾ ਤੁਹਾਨੂੰ ਲਾਸਟ 'ਚ ਤੁਹਾਨੂੰ ਆਈਡੀਆਜ਼ ਦੂੰਗੀ ਕਿੱਦਾਂ ਆਪਾਂ ਸੂਟਸ ਨੂੰ ਲੇਸਿਸ ਨਾਲ ਡਿਜ਼ਾਇਨ ਕਰ ਸਕਦੇ ਹਾਂ। ਮੈਂ ਤੁਹਾਨੂੰ ਕੁਛ ਸੂਟਸ ਦਿਖਾਊਂਗੀ ਆਪਦੇ ਪ੍ਰਿੰਟਿਡ ਸੂਟਸ, ਉਸ ਵੇ ਨਾਲ ਤੁਸੀਂ ਵੀ ਉਹਨਾਂ ਨੂੰ ਇਹ ਸੂਟਸ ਨੂੰ ਡਿਜ਼ਾਇਨ ਕਰਵਾ ਸਕਦੇ ਹੋ ਜਾਂ ਕਰ ਸਕਦੇ ਹੋ। ਇਹ ਦੇਖੋ ਗ੍ਰੇ ਔਰ ਯੈਲੋ, ਇਹ ਕੱਪੜਾ ਮੈਂ ਦੱਸ ਰਹੀ ਪਿਓਰ ਮਲਮਲ ਆ, ਬਹੁਤ ਦੇਖੋ ਥੋੜ੍ਹਾ ਸੀ ਥਰੂ ਹੈ ਬਟ ਇੰਨਾ ਨਹੀਂ ਹੈ ਆਪਣੇ ਸਮਰਸ 'ਚ ਚੱਲ ਜਾਣਾ, ਦੇਖੋ ਮੇਰਾ ਹੈਂਡ ਨਹੀਂ ਦਿਖ ਰਿਹਾ, ਇੰਨਾ ਸੀ ਥਰੂ ਨਹੀਂ ਹੈ ਬਟ ਇਹ ਬਹੁਤ ਹੀ ਜ਼ਿਆਦਾ ਸੋਫਟ ਆ, ਮਤਲਬ ਵੇਅਰ ਕੀਤੇ ਦਾ ਵੀ ਨਹੀਂ ਪਤਾ ਲੱਗਦਾ ਕਿ ਆਪਾਂ ਨੇ ਕੁਛ ਵੇਅਰ ਵੀ ਕਰ ਰੱਖਿਆ, ਇੰਨਾ ਜ਼ਿਆਦਾ ਹਲਕਾ ਲਾਈਟ ਵੇਟ ਸਟੱਫ ਆ ਇਹ। ਜਿਹੜਾ ਆਪਣਾ ਨੈਕਸਟ ਸੂਟ ਆ ਉਹ ਹੈ ਆਈਸ ਬਲੂ ਸ਼ੇਡ ਹੈ, ਇਹ ਵੀਡੀਓ 'ਚ ਮੇ ਬੀ ਕਲਰ ਦਾ ਥੋੜ੍ਹਾ ਡਿਫਰੈਂਸ ਆ ਰਿਹਾ ਹੋਵੇ ਬਟ ਇਹ ਆਈਸ ਬਲੂ ਸ਼ੇਡ ਅਤੇ ਯੈਲੋ ਦਾ ਬਲੋਕ ਪੇਂਟ ਹੋਇਆ ਹੋਇਆ ਸਾਰੇ ਇਸ 'ਤੇ, ਬਲੋਕ ਪ੍ਰਿੰਟਿੰਗ ਜੀ ਹੈ ਇਸ 'ਤੇ ਸਾਰੇ। ਦੇਖੋ ਇੱਦਾਂ ਜਿਹੜਾ ਇਹ ਸੂਟ ਆ ਇਹ ਸੂਟ 'ਤੇ ਆਪਾਂ ਵਰਕ ਵੀ ਕਰਵਾ ਸਕਦੇ ਹਾਂ, ਵਰਕ ਵੀ ਬਹੁਤ ਸੋਹਣਾ ਲੱਗੇਗਾ। ਈਵਨ ਕਿ ਇਹਨਾਂ ਨਾਲ ਇਹ ਸੂਟ ਨਾਲ ਆਪਾਂ ਇੱਦਾਂ ਹੀ ਸੂਟ ਰੱਖ ਕੇ ਪੇਂਟ ਵਾਲਾ ਦੁਪੱਟਾ ਰੈਡੀ ਕਰਵਾ ਸਕਦੇ, ਕਿਸੇ ਵੀ ਵੇ ਨਾਲ ਆਪਾਂ ਪੇਂਟ ਕਰਾ ਸਕਦੇ ਦੁਪੱਟਾ ਰੈਡੀ ਹੋ ਜੂਗਾ। ਅਦਰਵਾਈਜ਼ ਇਹਦੇ 'ਤੇ ਆਪਾਂ ਜਸਟ ਕੱਟ ਵਰਕ ਵੀ ਕਰਵਾ ਸਕਦੇ ਹਾਂ, ਜਿੱਦਾਂ ਜ਼ਿਗਜ਼ੈਗ ਵਾਲਾ ਕੱਟ ਵਰਕ ਹੋ ਗਿਆ, ਡਬਲ ਸ਼ੇਡ ਦਾ ਕਰਵਾ ਸਕਦੇ ਹਾਂ ਸੇਮ ਆਈਸ ਬਲੂ ਐਂਡ ਯੈਲੋ ਕਲਰ 'ਚ, ਘੇਰੇ 'ਤੇ ਬੈਲ ਸ਼ੇਪ ਬਾਜੂ ਰੱਖੇ ਜਾਂ ਨੋਰਮਲ ਬਾਜੂ ਰੱਖੇ, ਸਲੀਵਸ 'ਤੇ ਆਜੂਗਾ, ਬੋਟਮ 'ਤੇ ਆਪਾਂ ਕਰਵਾ ਸਕਦੇ, ਈਵਨ ਦੁਪੱਟੇ 'ਤੇ ਵੀ ਕਰਵਾ ਸਕਦੇ ਹਾਂ। ਅਤੇ ਇਹਦੀ ਬਹੁਤ ਸੋਹਣੀ ਲੁੱਕ ਆਉਂਦੀ ਹੈ, ਇਹ ਪਿਓਰ ਕੋਟਨ 'ਚ ਸਟੱਫ ਹੈ, ਬਹੁਤ ਬਹੁਤ ਫਾਈਨ ਸਟੱਫ ਹੈ, ਪਿਓਰ ਕੋਟਨ ਆ। ਜਿਹੜਾ ਆਪਣਾ ਨੈਕਸਟ ਸੂਟ ਆ ਉਹ ਹੈਗਾ ਕੋਟਨ 'ਤੇ ਹੀ ਆ, ਉਹ ਵੀ ਗ੍ਰੇ ਐਂਡ ਆਪਾਂ ਇਹਨੂੰ ਪ੍ਰੋਪਰ ਬੋਲਡ ਰੈੱਡ ਨਹੀਂ ਹੈ ਬਟ ਇਹ ਡਲ ਮਹਿਰੂਨ ਰੈੱਡ ਸ਼ੇਡ ਆਉਂਦਾ, ਗ੍ਰੇ ਔਰ ਮਹਿਰੂਨ 'ਚ ਆ ਰਿਹਾ ਇਹ। ਬਹੁਤ ਸੋਹਣਾ ਪ੍ਰਿੰਟ ਆ, ਮਤਲਬ ਜਿੱਦਾਂ ਦੂਜੇ ਪ੍ਰਿੰਟਸ ਵਾਂਗ ਕੋਮਨ ਨਹੀਂ ਹੈ, ਬਹੁਤ ਸੋਹਣਾ ਪ੍ਰਿੰਟ ਹੈ ਇਹ। ਇਹ ਦੇਖੋ ਇਹ ਕੱਪੜਾ ਬਹੁਤ ਫਾਈਨ ਹੈ ਐਂਡ ਗ੍ਰੇ ਔਰ ਮਹਿਰੂਨ ਦਾ ਕੋਂਬੀਨੇਸ਼ਨ ਤਾਂ ਆਲਰੇਡੀ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਸੋਹਣਾ ਲੱਗਦਾ ਹੁੰਦਾ, ਬਹੁਤ ਸੋਹਣਾ ਕੱਪੜਾ ਐਂਡ ਪ੍ਰਿੰਟ ਵੀ ਬਹੁਤ ਜ਼ਿਆਦਾ ਵਧੀਆ। ਇਹਦੇ ਨਾਲ ਵੀ ਆਪਾਂ ਜਸਟ ਅਗਰ ਕੁਛ ਵੀ ਨਹੀਂ ਕਰਵਾਉਣਾ ਪਾਈਪਿੰਗ ਵਗੈਰਾ ਦੇ ਕੇ ਯੈਲੋ ਕਲਰ ਦਾ ਟੱਚ ਦੇ ਸਕਦੇ ਹਾਂ, ਯੈਲੋ ਪਾਈਪਿੰਗ, ਯੈਲੋ ਪੋਟਲੀ ਬਟਨ
एंड सिंपल सूट रख सकते अगर थोड़ा जिन्हों जिदा कैजुअली आप वेयर करना गा छोटे मोटे फंक्शंस से वेयर करना जिदा समर्स के अकॉर्डिंग तो ये आप एक्सटेंशन लगा के अगेन वर्क करवा सकते ज अजक लेसिस भी इदा दियाँ वर्क हुई हुई जिदा ये लेस है अपने को ये लेस देखो ये डाइएबल लेस आ ये आप जिदा घेरे पर कटवा करवा के नीचे लेस अटैच करवा सकते हैं ये हरेक शेड च डाई हो जाती है आप नैक पर भी लगा सकते हैं जिदा स्लीवस पर भी आ जाएगी नैक च वी शेप आ सकती है जिदा विच फील हो के ना इस इदा वी शेप च आ जाती होंगी सिर्फ ए इन्ना इन्ना दिखता हूँ इदा ये देखो मतलब लेसिस ना आप किसी भी सिंपल द सिंपल सूट में भी आप मॉडिफाई या डिजाइनर बना सकते हैं लेसिस यूज करके ज हल्का फुल्का उद्दे तो वर्क करवा के जोड़ा नैक्सट सूट आ ये तो मैं खुद भी आपका मतलब रेडी किते बहुत बहुत डिमांड से सूट रहेगा अपना यह है जोमैट्रिकल प्रिंट फ्लावर्स एंड सारे बुट्टी नालों हट के जोमैट्रिकल प्रिंट सूट आ ये ना चिकन की बॉटम है अपनी सी ग्रीन चिकन की बॉटम है ये बहुत ही ज़्यादा सोहना लगता है ये दुपट्टा जड़ा सी ग्रीन सेंटर च रख के साइड्स से ब्लैक कलर दिता हुआ दुपट्टे से जिदा टाइगर प्रिंट वाग दुपट्टा डाई करवा सकते हैं ईवन इनू आप फ्रॉक सूट बना के ना साइड्स से कलियाँ आप चिकन दे भी पवा सकते वो चीज़ भी बहुत सोहनी लगती है अगर तुम फ्रॉक सूट नहीं लाइक करते दैन ये शर्ट रख के आप इनू बॉटम कर सकते हैं जिदा बॉटम अगर कंट्रास्ट करना चाहता कोई कोई प्रिंट बॉटम लाइक करता और चिकन की शर्ट लाइक करता तो ये अपोजिट भी हो जूगा इनू आप बॉटम करके इनू आप शर्ट कर सकते हैं फिर आप शर्ट उत्ते आप मल्टी कलर का वर्क भी ऐड कर सकते जेडे जेडे बॉटम च कलर ने गे अगर आप इन्हें शॉर्ट कर रहे हैं अदरवाइज ये प्रिंट शर्ट तो बहुत प्यारी लगती बहुत सोहना लगता क्योंकि थोड़ा हट के आ प्रिंट्स वगैरह ना हरेक चीज़ ना हट के आ ये जोमैट्रिकल बनया हुआ है सारा ये देखो एंड फैब्रिक बहुत फाइन है बहुत ही ज़्यादा सॉफ्ट फैब्रिक है यदा ये देखो यदा पूरे बिच ही जोमैट्रिकल प्रिंट बनया हुआ है सारा जोमैट्रिकल प्रिंट या फ्लावर्स एंड हरेक चीज़ में हट के प्रिंट है वाला जेड़ा अपना नेक्स्ट प्रिंट है वो है ब्लू शेड ब्लू है इस ग्रीन ब्लू ग्रीन और वाइट यूज़ किया वाइट ए कलर यूज़ ने ये अपना स्टफ प्योर प्योर कॉटन है ये देखो ये लाइन्स लाइन्स है स्ट्रेट लाइन्स होंदियाँ एंड ये भी आप अगेन लेसिस वगैरह दे सकते हैं क्योंकि आई थिंक इनू जस्ट लेसिस ही दे सकते हैं वर्क वगैरह तो कुछ इन्ना ज़्यादा वधिया नहीं लगना ये जस्ट जहाँ अजकल नैट दे बरीक बरीक छोटी छोटी लेसिस होंगी वो आप पाइपिंग की जगह वो लेसिस दे सकते हैं वो भी इन बहुत इनहेंस करेगा बहुत सोहना लगेगा वो भी दुपट्टा आप अगेन वैसे अपने को वाइट दुपट्टे तो मोस्टली सारा को होंगे ही आप वाइट दुपट्टा भी यूज़ कर सकते हैं अदरवाइज इन्हें चो टाई एंड टाई अच्छा बहुत ट्रेंडिंग से टाई एंड टाई हो जाएगा नहीं तो एक कोई भी एक शेड पिक करके वह दुपट्टा टाई करवा सकते हैं नाल इस दे इन्हें नाल दुपट्टे भी जिदा कॉटन के सूट्स आप चनौन वगैरह दुपट्टे इन्ने नहीं वधिया लगते हैं समर च ता करके दुपट्टे का फैब्रिक आप मसलीन रख सकते हैं कोटा कोटा रख सकते हैं ये बहुत ज्यादा शिफोन रख सकते ये दुपट्टे बहुत सोहने लगते हैं समर च वेयर किते हैं लाइट वेट होंगे आ जड़ा पर नेक्स्ट प्रिंट ओ अगेन लाइन्स या बट ये प्रिंट बहुत ही ज़्यादा डिफरेंट प्रिंट है ये देखो ये तो आप अगर सिंपल सूट भी स्टिच करावे ना ओदी भी बहुत ग्रेसफुल लगेगा अगर आप किसी भी चीज़ ना कुछ भी नहीं कराना पाइपिंग भी नहीं देनी अगर लेसिस भी नहीं यूज़ करनी है दैन भी यही सूट बहुत ही ज़्यादा सोहना लगेगा दुपट्टा आप किसी भी कलर के पिक कर सकते हैं जब मोस्टली अपने को दुपट्टे होंगे ही आ अदरवाइज ये गाजरी शेड है गाजरी दुपट्टा ग्रीन या बेस कलर स्किन स्किन दुपट्टा अगर अपना जिदा साइज छोटा तो अपना स्टफ बचता ये चो दैन आप दुपट्टे से डिजाइन जरूर करा सकते जिदा ये वाली अंबी वगैरह ना ये मतलब कट करके दुपट्टे से मशीनी वर्क ना पैच हो सकता थोड़ा जिदा लुक डिफरेंट हो सकता दुपट्टे से आप डिजाइन कर सकते दुपट्टा डिजाइन किया हो बहुत सोहना लगेगा सूट आप एग्जैक्ट इदा रखिए और दुपट्टे से थोड़ा जहा वर्क ऐड करवा सकते हैं ये देखो ये बहुत ही सोहना बहुत फाइन क्वालिटी और बहुत ही सोहना सूट है
एंड सारे सूट अपने को जस्ट सिंगल सिंगल सूट है, अगर किसी ने भी बाय करना होएगा तो मैनू व्हाट्सएप पे जरूर मैसेज करके दस्यो। नेक्स्ट सूट है जो अपना ए भी जिदा स्किन बेस है, बट ए सूट है मसलीन ते आ, देखो फैब्रिक मसलीन ते सूट आ, डिजिटल प्रिंट होया होया, 3D प्रिंट आ इसते, एंड बहुत मसलीन तो आप सारा नहीं पता, बहुत ही सॉफ्ट स्टफ है ये देखो। ये आप जिदा समर्स से अपने फंक्शनस आते हैं जिदा हैवी सूट्स तो वेयर नहीं कर पाते, आप सूट्स वेयर कर सकते हैं ये ना, जिदा हूँ अजक अलादीन सलवार चल रही है, वो सलवार ज लेसिस डाल के या कुछ भी इनू किसी भी वे ना मॉडिफाई कर सकते, अगर नहीं तो आप विच विच फ्लावरस भी हाईलाइट करवा सकते हैं, अगर फ्लावरस भी नहीं हाईलाइट करवाने दैन आप एक्सटेंशन कोई भी स्टफ यूज़ करके या सेंटर पैनल से इदा वर्क करवा सकते हैं, इदा कोई भी प्लेन स्टफ यूज़ करके, वो भी मैं तुम्हें लास्ट से दिखाऊंगी किदा किदा आप सारे सूट्स नू मॉडिफाई कर सकते हैं, ता करके तुसी वीडियो अपनी लास्ट तक देखियो, बहुत फाइन स्टफ है, बहुत फाइन एंड इवन कि बहुत ग्रेसफुल लगता है सूट, लाइट एंड डार्क का कॉम्बीनेशन है, किसी भी एज वास्ते चल सकता क्योंकि इस लाइट बेस है डार्क फ्लावर से कोई भी एज वाले वेयर कर सकता, एंड इदा नहीं कि समर समर चलेगा, आप विंटर्स च भी वेयर कर सकते हैं। नैक्सट अपना सूट है चिकन च, चिकन च भी आप मैं तुम एक पाकिस्तानी लुक दे सकते हैं इन्हों, भी मैं तुम आइडिया लास्ट च पिक्चर शेयर करूँगी कि ये वैसे अपनी बॉटम है चिकन दी, एंड ए शर्ट आ, ये शर्ट है चिकन दी, हुण इहनू भी आप मॉडिफाई कर सकते जिदा ये सेंटर च स्पेस खाली है, ये आप बुटी ऐड करवा सकते हैं, एंड अगर बुटी ऐड नहीं करवानी है इस भी लेसिस ऐड हो सकते, अगर लेसिस भी नहीं ऐड करवानी है दैन आप इनू सिंपल भी रख सकते, सिंपल भी बहुत सोहना लगता बिकॉज इस ऑलरेडी बहुत वर्क होया होया, अदरवाइज तुसीं इहदी बॉटम भी कर सकते हो तो इहदी शर्ट कर सकते हो, शर्ट ते जिहदा छोटा छोटा वर्क होया इहदे ते आपां डिजाइनिंग होर भी काफ़ी डिजाइनिंग कर सकते शर्ट ते, ये अपनी विश है भी किनू शर्ट बनाउणा ते किनू आपां ने बॉटम करना। चिकन चिकन तो वैसे भी बहुत ट्रेंड च है इस बार, तो चिकन की डिमांड भी बहुत ज़्यादा, एंड इहदा कलर भी बहुत ही डिफरेंट आ, ना ही ज़्यादा बोल्ड है ना ही लाइट है, ये आप स्किन टोन भी नहीं कह सकते, पिंक टोन भी नहीं कह सकते, बहुत ही डिफरेंट जो शेड है इहदा, बहुत सोहना लगता। जो अपना नैक्सट सूट आ ये है मल्टी शेड्स च प्योर मसलीन का सूट है, प्योर मसलीन है देखो, मसलीन सिल्क यूज हुई हुई है, ये अपने दोनों सीजन च चलेगा, समर्स एंड विंटर दोनों च, कलर कंट्रास्ट एंड प्रिंटिंग देखो किन्नी फाइन किन्नी सोहनी प्रिंटिंग हुई हुई है इसते कलर, ये आप कली शर्ट भी कर सकते अगर आप ज़्यादा लाउड जहा लग रहा कि पूरा सूट बनाना ज़्यादा लाउड हो जाएगा, ये आप कली शर्ट करके ये आप स्किन कलर की बॉटम कर सकते, ये मेरा रेडी भी होके गए थे, अपने ये शर्ट की स्किन बॉटम करके बॉटम उत्ते आप जस्ट हल्का हल्का आरी वर्क करवाया सीगा, सेम ही अपने पैच लगा के बाजू ते स्किन कलर दे उत्ते भी अपने वर्क कराया सी, ते शर्ट दे विच अपनी येलो कलर की लेसिस ने शर्ट नू एनहेंस किया सी, ये देखो बहुत ही ज़्यादा सोहना प्रिंट लगता है, किसी भी कलर की बॉटम करा सकते, जरूरी नहीं है कि स्किन करवानी है, किसी भी शेड की बॉटम, एंड दुपट्टा वैसे मैं इतना प्रेफर करूँगी प्लेन दुपट्टा रखो क्योंकि ऑलरेडी शर्ट च सारे कलर्स है, दैन मल्टी कलर का दुपट्टा नहीं सोहना लगना। नैक्सट मैं तुम्हें कुछ शर्ट्स दिखाना चाह रही हूँ, कलिए जो कलिए सिंगल सिंगल शर्ट्स हैं, ये शर्ट है सिंगल शर्ट है, लैमन कलर का बेस है, एंड यह डार्क एंड लाइट ब्लू कलर का प्रिंटिंग हुई हुई है विच वाइट शेड हुई है, ये आप अगेन वाइट लेसिस नाल इनू आप डिजाइन करेंगे, वाइट लेसिस नाल लुक आएगी, अगर आप इस ब्लू एंड फ्रोजी कलर की लेसिस लावे बहुत डल लगेगा, ये आप वैसे भी वाइट बॉटम्स अपने को मोस्टली सारे को होंगे ही हैं, आप वाइट बॉटम नाल ये शर्ट नू कैरी कर सकते हैं। जिहड़ी नैक्सट शर्ट है अपनी, ये बहुत ही ज़्यादा सोहना प्रिंट है, डिजिटल प्रिंट होया होया, ये देखो ना ही ये रेड शेड है ना ही ये मेहरून शेड है, डिफरेंट जो चैरी टोन च भी नहीं आ रहा, डिफरेंट जो शेड है, एंड प्रिंटिंग देखो कितनी सोहना है, प्रिंट होया होया, ये अगेन आप वाइट ऑफ वाइट बॉटम ना इनू कैरी कर सकते हैं, इनू किसी भी वे ना स्टिच करा सकते, ईवन कि शर्ट स्टाइल जिदा कोलर हो गए फ्रंट बटन हो गए है ना
राउंड जिदा घेरा होगा इदा भी स्टिच की कुर्ते स्टाइल च भी बहुत सोहनी लगेगी। ये जो अपना नैक्सट प्रिंट है वह हैगा कलमकारी प्रिंट है। एज यूजुअल कलमकारी प्रिंट्स की भी बहुत ही ज़्यादा डिमांड रही है बहुत, एंड ये अपनी बन के भी काफ़ी सूट्स गए हैं। इन्हों पर अपने वाइट लेसिस ला के पाकिस्तानी लुक दे के बन के जाते हैं। ये ओनली शर्ट आ, वाइट बॉटम अगेन सब कोल हुंदी है, जां अगर पिंक बॉटम भी लाना चाहते हो पिंक बॉटम भी यूज हो जूगी ये नाल। ये देखो कलमकारी प्रिंट है, कलमकारी प्रिंट्स का इन्हें काफ़ी डिजाइनिंग हो सकती है। लेसिस लगा के इन कुर्ते स्टाइल से रखना चाहते हो कुर्ते स्टाइल से भी ये बन जाएगा। हुण आपां दिखावांगे किदां आपां प्रिंटेड शर्ट्स नूं डिजाइन कर सकते हैं। जिदा ये अपनी प्रिंट शर्ट आ, इहदा घेरे दा थोड़ा आपां छड के विच आपां ने इहनूं नैट दी लेस दित्ती हुई है। ये देखो स्टफ कट करके ना नीचे नैट दी लेस दित्ती हुई है। सेम चीज़ आपां ने इहदी स्लीवस ते कीती हुई है इदा। हाँ देखो इदा अगर तुसीं स्लीवस इदा नहीं पाउणा चाहुंदे हो तां आपां नीचे भी जस्ट बॉर्डर वांग भी आपां पा सकदे हां। ये स्टिच की हुई शर्ट है अपनी, बट ए वाले प्रिंट्स अवेलेबल नहीं होंगे। इस ए वाले प्रिंट्स ये जस्ट मैं थोड़ा एक डिज़ाइन दिखाने वास्ते दिखा रही हूँ कि आप कि इन्हों मॉडिफाई कर सकते हैं। इन्हों की मैं लास्ट पिक्चर भी जरूर शेयर करूँगी जिस एग्जैक्ट क्लीयर लुक का पता लगेगा कि आप इन्हों कि मॉडिफाई कर सकते हैं। कोई भी प्रिंट सूट या प्रिंट सारे बहुत सोहने होंगे, बस उन्होंने डिजाइन करते अपना सारा कुछ रहा। कोई आप सिंपल वेयर कर लें, कोई डिजाइनिंग ना लुक बहुत ज़्यादा सोहनी आ जाती है। ये जिदा मैं चिकन तो तुम कह रही थी भी चिकन तो आप कि डिजाइन करा सकते हैं। चिकन तो आप जस्ट इतने फ्लावर दिता हुआ घेरे के नीचे, एंड इतने आप ऑर्गेंजा यूज़ किया हुआ। सेम थिंग अपने स्लीवस से की है, स्लीवस से ऑर्गेंजा यूज है एंड लेस यूज़ की हुई है। नैक देखो ये बहुत सोहना लगता नैक भी। ये देखो यदा नैक आ, वी शेप बैक तो बैंड स्टाइल चाहता ऑरगेंजा यूज़ किया हुआ। शोल्डर तो एक फ्लावर आता अपना, मतलब चिकन के स्टफ में आप इदा मॉडिफाई कर सकते हैं। देखो बैक तो एक बैक पर भी ये फ्लावर है, इदा पिछे एक फ्लावर आता इदा, एंड ए स्लीवस जस्ट कुछ नहीं है, थोड़ा जहाँ ये वर्क किया हुआ तो इन ऑरगेंजे डिजाइन किया हुआ जस्ट। ये ये लुक सिंपल तो थोड़ी हटके आ गई, एंड आप कितने भी इनू वेयर कर सकते हैं। ये देखो बहुत सोहनी लुक आती है इदा। ये पाकिस्तानी लुक स्टाइल से डिजाइन हो जाते होंगे। इवन आप कल कुर्ते भी इन्होंने एज अ कुर्ते भी वेयर कर सकते हैं, जीन्स नाल भी। एक आप इस पैटर्न च भी आप सूट डिजाइन कर सकते हैं। आ देखो ये दे जस्ट कलिया च अपने लेस दिती हुई है, नैट की लेस आ, बट अपन लेस हरेक बार सेम नहीं मिलेगी, सिमिलर टू इट अपन लेस मिल जाएगी। बैल शेप ये बाजू रखी हुई है, ए लाइन अपने वैसे इनू रखे है, आप स्ट्रेट शर्ट भी रख सकते हैं, ए लाइन भी रख सकते हैं। बट ए वाले प्रिंट्स अवेलेबल नहीं होंगे, ए प्रिंट्स अवेलेबल नहीं होंगे। इन्हों जो मैं तुम्हें दिखाए वो प्रिंट सारे अवेलेबल है, बट वो भी सिंगल सिंगल सूट आ। तो जोड़े मैं तुम्हें शर्ट्स दिखाइया से वाइट बॉटम ना जो आप कर सकते उन्होंने भी आप डिजाइन करा सकते हैं, वाइट लेस दे के नॉर्मल स्लीवस भी रख सकते हैं। एंड ये जो अपने सूट्स आ इन्हों स्टार्टिंग रेंज है 600 रुपीज़, 600 तो स्टार्ट है अप टू अकॉर्डिंग टू स्टफ है विदाउट दुपट्टा 600 तो इन्हों स्टार्टिंग है। बट ये सारे सिंगल सिंगल सूट्स है अपने, जिन्हें भी सूट्स आ सिंगल सिंगल सूट आ, कोई सूट रिपीट नहीं होएगा, सारे सिंगल सिंगल सूट्स हैं। थैंक यू। अगर तुम्हें मेरी कलैक्शन वधिया लगी अज की आइडियाज़ तुम्हें वधिया लगे तो मैं कमेंट करके जरूर दस्यो, एंड व्हाट्सएप नंबर मेरा मेंशन है, तुम उत्थे मेरे तो प्राइसिस पूछ सकते हो जो जो तुम्हें फैब्रिक पसंद है। स्टिचिंग एंड लेसिस ऑफकोर्स उन्होंने एक्सट्रा होंगे।